ਬਿਜਲੀ ਦੀ ਦਿੱਕਤ ਆ ਸਕਦੀ ਹੈ। ਸੋ ਸਾਡੀ ਆ ਟੀਮ ਹੈ ਜੈਨਪੁਰ ਤੋਂ, ਸਾਡੇ ਗੁਰਚਰਨ ਸਿੰਘ ਜੀ, ਮੇਜਰ ਸਿੰਘ ਜੀ ਆ, ਸਾਰੀ ਟੀਮ ਜਿਹੜੀ ਆ ਖੜੀ ਹੈ, ਡਿਡਵਿੰਡੀ ਤੋਂ ਖੜੇ ਨੇ ਸਾਰੇ ਮੇਰੇ ਵੀਰ, ਸਾਡੇ ਵਲੰਟੀਅਰ ਬਹੁਤ ਹੀ ਸ਼ਿੱਦਤ ਨਾਲ, ਜਿੰਨੇ ਦਿਨ ਹੋ ਗਏ ਨੇ ਆ ਮੁਸੀਬਤ ਆਈ ਨੂੰ, ਬਹੁਤ ਸ਼ਿੱਦਤ ਨਾਲ ਕੰਮ ਕਰ ਰਹੇ, ਦਿਨ ਰਾਤ ਜਿਹੜਾ ਇਹ ਕੰਮ ਕਰ ਰਿਹਾ। ਸੋ ਇਹਨਾਂ ਨੇ ਸੋਚਿਆ ਕਿ ਪ੍ਰੋਬਲਮ ਨਾ ਆਵੇ ਪਨੀਰੀ ਦੀ, ਅਤੇ ਹੁਣ ਇਹਨਾਂ ਨੇ ਇਹ ਪਨੀਰੀ ਦਾ ਲੰਗਰ ਲਾਵਾਂਗੇ, 20 ਕੁ ਦਿਨ 'ਚ ਤਿਆਰ ਹੋ ਜੂਗੀ। ਅੱਜ ਪਨੀਰੀ ਜਿਹੜੀ ਹੈ ਸਾਰੀ ਬੀਜੀ ਜਾਣੀ ਹੈ, ਇਹ ਕਿਸਮਾਂ ਵੀ ਉਹ ਬੀਜੀਆਂ ਨੇ ਜਿਹੜੀਆਂ ਲੇਟ ਲਾ ਸਕਦੇ ਹਾਂ ਆਪਾਂ। ਸੋ ਇਹ ਬੜਾ ਮੈਂ ਸਮਝਦਾ ਕਿ ਸਾਡੇ ਜਿਹੜੇ ਆਮ ਆਦਮੀ ਪਾਰਟੀ ਦੇ ਇਹ ਵੀਰ ਨੇ, ਮੇਰੇ ਵਲੰਟੀਅਰ ਛੋਟੇ ਭਰਾ ਨੇ, ਇਹਨਾਂ ਦਾ ਬਹੁਤ ਵਧੀਆ ਉੱਦਮ ਹੈ ਕਿ ਇਹ ਕਾਫੀ ਜਿਹੜੀ ਪਨੀਰੀ ਬੀਜ ਰਹੇ ਹੈ। ਔਰ ਮੈਂ ਸਾਰੇ ਹਲਕੇ ਦੇ ਵਿੱਚ ਹੀ ਆਪਣੇ ਜਿੰਨੇ ਵੀ ਸਾਡੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ, ਉਹਨਾਂ ਨੂੰ ਬੇਨਤੀ ਕਰੂੰਗਾ ਕਿ ਜਿੰਨਾ ਜਿੰਨਾ ਵੀ ਕੋਈ ਬੀਜ ਸਕਦਾ, ਕੋਈ 10 ਮਰਲੇ ਬੀਜ ਸਕਦਾ, ਕੋਈ ਕਨਾਲ ਬੀਜ ਸਕਦਾ, ਤਾਂ ਜ਼ਰੂਰ ਬੀਜੇ, ਤਾਂ ਕਿ ਪਨੀਰੀ ਖੁਣੋ ਇਹ ਨਾ ਰਹਿ ਜਾਏ ਕਿ ਉਹਨਾਂ ਦਾ ਜਿਹੜਾ ਸੀਜ਼ਨ ਹੈ ਉਹ ਮਾਰਿਆ ਜਾਵੇ। ਸੋ ਇਸ ਕਰਕੇ ਬਹੁਤ ਚੰਗਾ ਉੱਦਮ ਹੈ, ਅਤੇ ਅੱਜ ਅਸੀਂ ਇੱਥੇ ਆਏ ਹਾਂ, ਅਤੇ ਅੱਜ ਸ਼ੁਰੂਆਤ ਹੈ। ਅੱਜ ਇਹਨਾਂ ਨੇ ਤਕਰੀਬਨ ਮੇਰੇ ਖਿਆਲ 'ਚ 2 ਕਿੱਲੇ ਜਿਹੜੀ ਹੈ ਉਹ ਬੀਜ ਦੇਣੀ ਹੈ। ਔਰ ਬਾਕੀ ਵੀ ਇੱਧਰ ਖੀਰਾਂ ਵਾਲੀ ਵਾਲੀ ਸਾਈਡ 'ਤੇ ਵੀ ਮੈਂ ਕਿਹਾ, ਉੱਥੇ ਵੀ ਬੀਜ ਰਹੇ ਹਾਂ। ਸੋ ਅਸੀਂ ਪਨੀਰੀ ਦੀ ਕਮੀ ਨਹੀਂ ਆਉਣ ਦਿਆਂਗੇ, ਇਹ ਸਾਡਾ ਜਿਹੜਾ ਆਮ ਆਦਮੀ ਪਾਰਟੀ ਵੱਲੋਂ। ਸਾਰੇ ਕਿਵੇਂ ਤੁਹਾਨੂੰ ਅਨੋਖੇ ਤਰੀਕਿਆਂ ਸੁਝਿਆ ਕਿ ਇਹ ਕੰਮ ਕੀਤਾ ਜਾਵੇ? ਦੇਖੋ, ਗੱਲ ਸੋਚਣ ਦੀ ਹੈ, ਸਾਨੂੰ ਇਨ ਫਿਊਚਰ ਪਤਾ ਵੀ ਪੱਠਿਆਂ ਦੀ ਪ੍ਰੋਬਲਮ ਹੈ, ਉਹ ਆਉਣੀ ਹੈ ਸਾਨੂੰ। ਅਸੀਂ ਪੱਠੇ ਜਿਹੜੇ ਨੇ ਇੱਧਰ ਇਸ ਸਾਈਡ ਤੋਂ, ਜਿੱਦਾਂ ਆਹ ਚਰੀ ਹੈ, ਇਸ ਤੋਂ ਬਾਅਦ ਸਾਡਾ ਜਿਹੜਾ ਕੰਮ ਹੈ, ਅਸੀਂ ਸਾਡੇ ਜਿੰਨੇ ਵਲੰਟੀਅਰ ਨੇ ਇਹ ਉੱਥੇ ਪੱਠੇ ਪਹੁੰਚਾਉਣਗੇ। ਐਡਵਾਂਸ ਅਸੀਂ ਸੋਚਦੇ ਹਾਂ ਵੀ ਕਿਹੜੀ ਕਿਹੜੀ ਅੱਗੇ ਫਿਊਚਰ 'ਚ ਸਾਨੂੰ ਕੁਛ ਦਿਨਾਂ 'ਚ ਪ੍ਰੋਬਲਮ ਆ ਸਕਦੀ ਹੈ, ਉਹ ਸੋਚ ਕੇ ਅਸੀਂ ਇਹ ਸਾਰਾ ਕੁਛ ਕੰਮ ਕਰ ਰਹੇ ਹਾਂ। ਪਿੰਡਾਂ 'ਚ ਲੰਗਰ ਲੁੰਗਰ ਦਾ ਵੀ ਪ੍ਰਬੰਧ ਕੀਤਾ ਗਿਆ? ਦੇਖੋ, ਜਿਹੜਾ ਖਾਣ ਦਾ ਲੰਗਰ ਹੈ ਨਾ, ਜਿਹੜਾ ਖਾਣਾ ਹੈ ਜਿਹੜਾ, ਉਹ ਮੇਰੇ ਖਿਆਲ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਜ਼ਰੂਰਤ ਨਹੀਂ ਹੈ। ਕਿਉਂ? ਕਿਉਂਕਿ ਕਾਫੀ ਸੰਸਥਾਵਾਂ ਜਿਹੜੀਆਂ ਨੇ ਉਹ ਲੱਗੀਆਂ ਨੇ ਲੰਗਰ ਦੇ ਉੱਤੇ, ਅਤੇ ਨਾਲੇ ਜਿਹੜੇ ਆਪਣੇ ਜ਼ਿਮੀਦਾਰ ਭਰਾ ਨੇ ਉਹ ਘਰਾਂ ਦੇ ਵਿੱਚ ਉਹਨਾਂ ਕੋਲ ਰਾਸ਼ਨ ਵਾਧੂ ਉੱਥੇ ਪਕਾ ਕੇ ਖਾ ਰਹੇ, ਕਿਉਂਕਿ ਸਾਡਾ ਲਗਾਤਾਰ ਰਾਬਤਾ ਸਾਰਿਆਂ ਦੇ ਨਾਲ ਫੋਨ ਦੇ ਉੱਤੇ, ਅਤੇ ਉਹ ਕਹਿੰਦੇ ਸਾਨੂੰ ਲੰਗਰ ਦੀ ਕੋਈ ਪ੍ਰੋਬਲਮ ਨਹੀਂ, ਸਾਨੂੰ ਈਵਨ ਤੂੜੀ ਰੱਖੀ ਹੈ, ਖਲ ਖੁਲ ਵੀ ਰੱਖੀ ਹੈ ਡੰਗਰਾਂ ਦੀ, ਵੀ ਇੱਥੇ ਕੋਈ ਜ਼ਿਆਦਾ ਉਹ ਵੀ ਸਮੱਸਿਆ ਨਹੀਂ ਹੈ। ਉਹਨਾਂ ਨੂੰ ਪੀਣ ਵਾਲੇ ਪਾਣੀ ਦੀ ਜ਼ਿਆਦਾ ਸਮੱਸਿਆ, ਅਤੇ ਬਾਕੀ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਦਵਾਈਆਂ ਦੀ ਹੁਣ ਲੋੜ ਪੈਣੀ ਹੈ, ਕਿਉਂਕਿ ਪਾਣੀ ਜਦੋਂ ਖੜ੍ਹਾ ਰਿਹਾ ਅਤੇ ਉਹ ਬਿਮਾਰੀਆਂ ਫੈਲਣ ਦਾ ਖਤਰਾ ਹੈ ਪਸ਼ੂਆਂ ਨੂੰ ਵੀ, ਅਤੇ ਸਾਡੇ ਜਿਹੜੇ ਉੱਥੇ ਲੋਕ ਵੀਰ ਨੇ ਉਹਨਾਂ ਨੂੰ ਵੀ। ਸੋ ਉਹਦੇ ਵਾਸਤੇ ਅਸੀਂ ਐਡਵਾਂਸ ਜਿਹੜਾ DC ਸਾਹਿਬ ਨੂੰ ਕਹਿ ਕੇ ਦਵਾਈਆਂ ਦਾ ਇੰਤਜ਼ਾਮ ਜਿਹੜਾ ਉਹ ਕੀਤਾ। ਅਸੀਂ ਜ਼ਰੂਰਤ ਮੁਤਾਬਕ ਚੀਜ਼ ਪਹੁੰਚਾ ਰਹੇ ਹਾਂ, ਉਹ ਸਾਡਾ ਅੰਨੇ ਵਾਲਾ ਕੰਮ ਨਹੀਂ ਹੈ ਕਿ ਕਿਹੜੀ ਚੀਜ਼ ਦੀ ਜ਼ਰੂਰਤ ਪੈ ਸਕਦੀ ਹੈ, ਸਾਰਿਆਂ ਨੂੰ ਪੁੱਛ ਕੇ ਸਲਾਹ ਨਾ ਉਹੋ ਜਿਹਾ ਕੰਮ ਕਰ ਰਹੇ ਹਾਂ। ਸੋ ਇਹ ਵੀ ਜਿਹੜਾ ਸਾਡਾ ਖਿਆਲ ਆਇਆ, ਇਹ ਵੀ ਆਇਆ ਕਿ ਐਡਵਾਂਸ ਝੋਨਾ ਲੱਗ ਗਿਆ ਸੀਗਾ ਅਤੇ ਦਿੱਕਤ ਆਉਣੀ ਹੈ, ਅਗਰ 10-15 ਦਿਨਾਂ ਦੇ ਵਿੱਚ ਹਾਲਾਤ ਠੀਕ ਹੁੰਦੇ ਨੇ ਤਾਂ 20 ਦਿਨ ਤੱਕ ਸਾਡੀ ਇਹ ਪਨੀਰੀ ਬਿਲਕੁਲ ਜਿਹੜੀ ਹੈ ਤਿਆਰ ਹੋ ਜਾਣੀ ਹੈ, ਅਤੇ ਅਸੀਂ ਫ੍ਰੀ ਲੰਗਰ ਲਾਉਣਾ। ਇਹ ਸਾਨੂੰ ਪਤਾ ਨਹੀਂ ਤਾਂ ਪਨੀਰੀ ਖੁਣੋ ਝੋਨਾ ਹੀ ਰਹਿ ਜਾਣਾ ਸੀ, ਸੀਜ਼ਨ ਮਾਰਿਆ ਜਾਂਦਾ ਜੀ। ਸੋ ਇਹ ਸਾਡੇ ਖਾਸ ਕਰਕੇ ਇਹ ਜਿਹੜੇ ਸਾਨੂੰ ਸਲਾਹ ਦਿੰਦੇ ਨੇ ਸਾਰੇ ਮੇਰੇ ਵੀਰ ਜਿਹੜੇ ਜ਼ਮੀਨ ਦੀ ਪੱਧਰ 'ਤੇ ਜੁੜੇ ਨੇ, ਅਤੇ ਉਸ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ।